ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਅਮਿਤ ਤੇ ਸਭ ਦਾ ਪਾਠਸ਼ਾਲਾ ਤੇ ਬਹੁਤ ਬਹੁਤ ਸਵਾਗਤ ਕਰਦਾ। ਅੱਜ ਨੇ 7 ਸਪਤੰਬਰ ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰਸ ਪੰਜਾਬੀ ਤੇ ਇੰਗਲਿਸ਼ ਦੋਨੋਂ ਲੈਂਗੁਏਜਸ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਡੇਲੀ 7 ਵਜੇ ਵਿਦ MCQs, ਠੀਕ ਹੈ। ਸੋ ਡਿਟੇਲਸ ਨਾਲ ਵੀ ਗੱਲ ਕਰਾਂਗੇ, MCQ ਨਾਲ ਵੀ ਗੱਲ ਕਰਾਂਗੇ ਹੌਲੀ ਹੌਲੀ। ਬਸ ਇੱਕ ਕੰਮ ਮੇਰਾ ਕਰਦਾ ਕਰੋ, ਸਾਰੇ ਬੱਚੇ ਇਸ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਵੱਧ ਤੋਂ ਵੱਧ, ਅਤੇ ਜਦੋਂ ਪਸੰਦ ਆ ਜਾਂਦੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਕਰੋ। ਮੈਂ ਬਹੁਤ ਘੱਟ ਕਹਿੰਦਾ ਇਹ ਚੀਜ਼ਾਂ, ਲੇਕਿਨ ਕੀ ਹੈ, ਬੱਚਿਆਂ ਨਾਲ ਜੁੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਬੱਚਿਆਂ ਤੱਕ ਅਸਲੀਅਤ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਕਿ ਜ਼ਿਆਦਾ ਗੱਲਾਂ ਮਾਰਨੀਆਂ ਚਾਹੀਦੀਆਂ ਹੈ ਕਿ ਜ਼ਿਆਦਾ ਟਾਈਮ ਘੱਟ ਵੇਸਟ ਕਰਨਾ ਚਾਹੀਦਾ ਲੋਕਾਂ ਦਾ, ਠੀਕ ਹੈ। ਸੋ ਬਹੁਤ ਸਾਰੀਆਂ ਜਿਹੜੀਆਂ ਕਰੰਟ ਅਫੇਅਰਸ ਜਿਹੜੀਆਂ ਨਿਊਜ਼ ਨੇ ਆਪਾਂ ਚਰਚਾ 'ਚ ਆਪਾਂ ਲਿਆਉਣ ਵਾਲੇ ਹਾਂ, ਅੱਜ MCQ ਦੇ ਨਾਲ ਡਿਸਕਸ਼ਨ ਕਰਾਂਗੇ, ਬਹੁਤ ਇੰਟਰਸਟਿੰਗ ਵੇ ਨਾਲ ਕਰਨ ਵਾਲੇ ਹਾਂ। ਸਟਾਰਟ ਤੇ ਕਰਦੇ ਹਾਂ, ਅੱਜ ਦੇ ਥੰਬਨੇਲ ਨੂੰ ਸਮਝਦੇ ਹਾਂ ਕਿ ਇੱਕ ਦਲਾਈ ਲਾਮਾ ਜੀ ਨੇ, ਜਿਨ੍ਹਾਂ ਦੀ ਫੋਟੋ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਦਿਖ ਰਹੀ ਹੈ, ਥੰਬਨੇਲ 'ਚ ਤੁਸੀਂ ਦੇਖਿਆ, ਅਤੇ ਨਾਲ ਦੀ ਨਾਲ ਇੱਕ ਪੈਡਲਰ ਨੇ ਜਿਹੜੇ ਕਿ ਟੇਬਲ ਟੈਨਿਸ ਖੇਡਣ ਵਾਲੇ ਖਿਡਾਰੀ ਕਮਲ ਸਰ, ਅਤੇ ਤੀਜੇ ਪਾਸੇ ਨੇ ਵੂਮੈਨ ਜਿਹੜੀਆਂ ਕਿ ਪੁਲਿਸ ਫੋਰਸ ਦੇ ਵਿੱਚ ਨੇ। ਤਾਂ ਇਹਨਾਂ ਬਾਰੇ ਡਿਸਕਸ਼ਨ ਹੋਊਗੀ ਅੱਜ, ਕਿਉਂਕਿ ਇੱਕ ਸਟੇਟ ਇਹੋ ਜਿਹੀ ਹੈ ਜਿਹਨੇ ਆਪਣੀ ਸਟੇਟ ਦੇ ਵਿੱਚ, ਆਪਣੀ ਇਸ ਰਾਜ ਦੇ ਵਿੱਚ ਕੀ ਹੈ, ਪੁਲਿਸ ਜਿਹੜੀਆਂ ਲੇਡੀਜ਼ ਪੁਲਿਸ ਹੈ ਉਹਦੇ ਵਿੱਚ 33% ਕੋਟਾ ਜਿਹੜਾ ਹੈ ਉਹ ਕੀਤਾ ਹੈ ਸ਼ਾਮਿਲ, ਠੀਕ ਹੈ। ਸੋ ਦੂਜੇ ਪਾਸੇ ਜੇ ਦਲਾਈ ਲਾਮਾ ਜੀ ਦੀ ਗੱਲ ਕਰਦੇ ਹਾਂ, ਇਹਨਾਂ ਰਿਲੇਟਡ ਇੱਕ ਲਾਈਕ ਇੱਕ ਪ੍ਰੋਗਰਾਮ ਸੀ, ਉਹਦੇ ਬਾਰੇ ਡਿਸਕਸ਼ਨ ਹੋਊਗੀ। ਅਤੇ ਪੈਡਲਰ ਸਾਹਿਬ ਜਿਹੜੇ ਨੇ ਇਹ ਕਮਲ ਸਰ, ਇਹ ਬਣੇ ਨੇ ਐਂਬੈਸਡਰ। ਸੋ ਇੰਡੀਅਨ ਐਂਬੈਸਡਰ ਬਣਨੇ ਨੇ ਪਹਿਲੇ, ਤਾਂ ਕਰਕੇ ਇੰਪੋਰਟੈਂਟ ਹੋ ਜਾਣਗੇ ਆਪਣੇ ਲਈ, ਤਾਂ ਬਹੁਤ ਹੀ ਪਿਆਰ ਤਰੀਕੇ ਨਾਲ ਅੱਜ ਦੇ ਕਵਰ ਕਰਾਂਗੇ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ, ਭਾਦੋ ਦਾ ਮਹੀਨਾ ਚੱਲ ਰਿਹਾ ਹੈ, ਭਾਦੋ ਦੇ ਵਿੱਚ ਜੇ ਆਪਾਂ 7 ਸਪਤੰਬਰ ਦੀ ਗੱਲ ਕਰਦੇ ਹਾਂ, 7 ਸਪਤੰਬਰ, ਤਾਂ 7 ਸਪਤੰਬਰ ਦੇ ਵਿੱਚ ਜੇ ਆਪਾਂ ਪੰਜਾਬੀ ਦੇਸੀ ਭਾਸ਼ਾ ਦੇ ਵਿੱਚ ਗੱਲ ਕਰਦੇ ਹਾਂ, ਤਾਂ ਹੁਣ ਚੱਲ ਰਿਹਾ ਜੀ ਚਾਨਣ। ਇੱਕ ਹੁੰਦਾ ਬੁੜੀਆਂ ਦਾ ਨੇਰ, ਅਤੇ ਇੱਕ ਹੁੰਦਾ ਜੀ ਚਾਨਣ, ਅਤੇ ਹੁਣ ਆ ਗਿਆ ਚਾਨਣ ਦਾ ਟਾਈਮ ਚੱਲ ਰਿਹਾ, ਜਿਹਨੂੰ ਇੰਗਲਿਸ਼ ਦੇ ਵਿੱਚ ਸ਼ੁਕਲ ਪਕਸ਼ ਵੀ ਕਿਹਾ ਜਾਂਦਾ ਹਿੰਦੂ ਰਿਲੀਜਨ ਦੇ ਵਿੱਚ। ਅਤੇ ਆਪਣਾ ਜੇ ਆਪਾਂ ਗੱਲ ਕਰਦੇ ਹਾਂ ਪੰਜਾਬ ਰਿਲੇਟਡ, ਤਾਂ ਚਾਨਣ ਬੋਲਿਆ ਜਾਂਦਾ ਹੈ। ਦੂਜੇ ਪਾਸੇ ਇਹਨੂੰ ਦੇਸੀ ਭਾਸ਼ਾ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ, ਅੱਜ ਤਰੀਕ ਜਿਹੜੀ ਹੈਗੀ ਹੈ ਜੀ, ਉਹ ਹੈਗੀ ਹੈ ਜੀ 23 ਭਾਦੋ। ਕਿਹੜੀ ਹੈ ਜੀ? ਅੱਜ 23 ਭਾਦੋ ਤਰੀਕ ਹੈ, 7 ਸਪਤੰਬਰ, ਠੀਕ ਹੈ ਜੀ, ਇੰਪੋਰਟੈਂਟ ਹੋ ਗਈ। ਚਲੋ ਸਟਾਰਟ ਕਰਦੇ ਹਾਂ ਅੱਜ ਦੇ ਮੋਟੀਵੇਸ਼ਨ ਕੋਡ ਤੋਂ, ਜਿਹੜੀ ਕਿ ਦਲਾਈ ਲਾਮਾ ਜੀ ਬਾਰੇ ਹੀ ਹੈ ਕਿ ਜਸਟ ਵਨ ਸਮਾਲ ਪੋਜ਼ਿਟਿਵ ਥਾਟ ਇਨ ਦਾ ਮਾਰਨਿੰਗ ਕੈਨ ਚੇਂਜ ਯੂਅਰ ਹੋਲ ਡੇ। ਯਾਦ ਰੱਖਿਓ ਕਿ ਸਵੇਰੇ ਸਵੇਰੇ ਅਗਰ ਤੁਹਾਨੂੰ ਪੋਜ਼ਿਟਿਵ ਥਾਟ ਜਿਹੜਾ ਮਿਲ ਗਿਆ, ਤਾਂ ਤੁਹਾਡੀ ਜ਼ਿੰਦਗੀ, ਤੁਹਾਡੀ ਦਿਨ ਦਾ ਪੂਰਾ ਜਿਹੜਾ ਟਾਈਮ ਪੀਰੀਅਡ ਹੈ ਉਹ ਵਧੀਆ ਮੋਟੀਵੇਟਡ ਹੋ ਕੇ ਹੀ ਰਹੂਗਾ। ਇਹ ਚੀਜ਼ ਹਮੇਸ਼ਾ ਯਾਦ ਰੱਖ ਲਿਓ। ਸਟਾਰਟ ਕਰਦੇ ਹਾਂ ਡਿਸਕਸ਼ਨ ਆਫ ਦਾ ਲਾਸਟ ਡੇ ਕੁਸ਼ਚਨ। ਕਹਿੰਦੇ ਕਿਹਨਾਂ ਦਾ ਬਰਥਡੇ ਆ ਜਿਹੜਾ ਉਹ ਟੀਚਰਸ ਡੇ ਦੇ ਨਾਲ ਸੈਲੀਬ੍ਰੇਟ ਹੁੰਦਾ, ਮੀਨ ਟੂ ਸੇ ਟੀਚਰਸ ਡੇ ਜਦੋਂ ਆਪਾਂ ਮਨਾਉਂਦੇ ਹਾਂ ਤਾਂ ਕਿਹਨਾਂ ਦੇ ਬਰਥਡੇ ਨੂੰ ਮੁੱਖ ਰੱਖਦੇ ਹੋਏ ਮਨਾਉਂਦੇ ਹਾਂ? ਅਤੇ ਇਹ ਮੈਂ ਕੁਸ਼ਚਨ ਪੁੱਛਿਆ ਸੀਗਾ, ਸੋ ਆਨਸਰ ਆਜੂਗਾ ਜੀ ਡਾਕਟਰ ਐੱਸ ਰਾਧਾ ਕ੍ਰਿਸ਼ਨਨ, ਸਰਵ ਭਲੇ ਰਾਧਾ ਕ੍ਰਿਸ਼ਨਨ, ਜਿਹੜੇ ਕਿ ਸਾਡੇ ਇੰਡੀਆ ਦੇ ਫਾਰਮਰ ਪ੍ਰੈਜ਼ੀਡੈਂਟ ਸਾਹਿਬ ਰਹੇ ਨੇ, ਠੀਕ ਹੈ, ਸਕਾਲਰ ਰਹੇ ਨੇ, ਪ੍ਰੈਜ਼ੀਡੈਂਟ ਸਾਹਿਬ ਰਹੇ ਨੇ। ਤਾਂ ਤੁਸੀਂ ਪਹਿਲਾ ਕੁਸ਼ਚਨ ਇਹ ਦੱਸਣਾ ਜੀ ਕਿ ਕਿੰਨਵੇਂ ਪ੍ਰੈਜ਼ੀਡੈਂਟ ਸਾਹਿਬ ਸੀਗੇ, ਠੀਕ ਹੈ। ਸੋ ਇਹ ਸੀਗਾ ਜੀ ਆਨਸਰ ਆਪਣਾ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ ਨੈਸ਼ਨਲ ਟੀਚਰਸ ਡੇ ਦੇ ਰਿਲੇਟਡ। ਸੋ 5 ਸਪਤੰਬਰ ਨੂੰ ਟੀਚਰਸ ਡੇ ਹੁੰਦਾ, ਬਹੁਤ ਸਾਰੇ ਬੱਚਿਆਂ ਨੇ ਵਿਸ਼ਸ ਵੀ ਕੀਤੀਆਂ, ਤਾਂ ਦੁਬਾਰਾ ਮੈਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਕਰਨਾ ਚਾਹੁੰਦਾ। ਅਤੇ ਨੈਕਸਟ ਰਾਸ਼ਟਰੀ ਅਧਿਆਪਕ ਪੁਰਸਕਾਰ 2024, ਜਿਹੜਾ ਕਿ ਸਾਡੇ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਨੇ, ਪ੍ਰੈਜ਼ੀਡੈਂਟ ਦ੍ਰੌਪਦੀ ਮੁਰਮੂ ਜੀ ਨੇ, ਉਹਨਾਂ ਨੇ ਮਤਲਬ ਕਿ ਇੱਕ ਤਰੀਕੇ ਨਾਲ ਕਹਿ ਲਓ ਕਿ ਬਹੁਤ ਸਾਰੇ ਟੀਚਰਸ ਇੰਡੀਆ ਦੇ ਵਿੱਚ 82 ਦੇ ਲਗਭਗ ਟੀਚਰਸ ਨੂੰ ਸਨਮਾਨਿਤ ਕੀਤਾ ਗਿਆ, ਤਾਂ ਕਿ ਉਹ, ਕਿਉਂਕਿ ਉਹ ਜਿਹੜੇ ਨੇ ਐਜੂਕੇਸ਼ਨ ਦੇ ਵਿੱਚ ਬਹੁਤ ਵਧੀਆ ਕਰ ਰਹੇ ਨੇ, ਅਤੇ ਇਸ ਤੋਂ ਇਲਾਵਾ
ਬਹੁਤ ਵਧੀਆ ਤਰੀਕੇ ਨਾਲ, ਬਹੁਤ ਵਧੀਆ ਢੰਗ ਦੇ ਨਾਲ ਬੱਚਿਆਂ ਨੂੰ ਸਮਝਾ ਰਹੇ ਨੇ। ਠੀਕ ਹੈ, ਉਹਨਾਂ ਨੇ ਬੜੀ ਵਧੀਆ ਗੱਲਾਂ ਕਰੀਆਂ ਆਪਣੀ ਸਪੀਚ ਦੇ ਵਿੱਚ। ਨੈਸ਼ਨਲ ਟੀਚਰ ਅਵਾਰਡ ਜੇ ਕੇ 2024 ਦੇ ਵਿੱਚ 82 ਐਕਸੈਪਸ਼ਨਲ ਐਜੂਕੇਟਰ ਫਰੋਮ ਅਕਰੋਸ ਦਾ ਕੰਟਰੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪ੍ਰੈਜ਼ੀਡੈਂਟ ਦ੍ਰੌਪਦੀ ਮੁਰਮੂ ਜੀ ਦੁਆਰਾ 5 ਤਰੀਕ ਨੂੰ ਨਵੀਂ ਦਿੱਲੀ ਦੇ ਵਿੱਚ। ਠੀਕ ਹੈ, ਸੋ ਜਿਹੜਾ ਆਪਾਂ ਐਸ ਰਾਧਾ ਕ੍ਰਿਸ਼ਨ ਜੀ ਦੇ ਬਰਥ ਐਨਵਰਸਰੀ ਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ, ਅਤੇ ਇਹਦੇ ਰਿਲੇਟਡ ਉਹਨਾਂ ਨੇ ਇਹ ਵੀ ਕਿਹਾ ਕਿ ਨਵੇਂ ਜਿਹੜੇ ਬਣ ਰਹੇ ਟੀਚਰਸ ਨੇ ਉਹਨਾਂ ਨੂੰ ਇੱਕ ਗੁਜ਼ਾਰਿਸ਼ ਇਹ ਹੈ ਕਿ ਉਹ ਇੰਡੀਆ ਨੂੰ ਡਿਵੈਲਪ ਕਰਨ, ਲੋਕਾਂ ਨੂੰ ਵਧੀਆ ਸਕਿੱਲਸ, ਠੀਕ ਹੈ, ਵਧੀਆ ਗਲੋਬਲ ਮਾਇੰਡਸੈਟ ਦੱਸਣ, ਠੀਕ ਹੈ, ਆਲੇ ਦੁਆਲੇ ਦੀਆਂ ਇਨਫੋਰਮੇਸ਼ਨ ਚੰਗੇ ਤਰੀਕੇ ਦੇਣ, ਰੱਟਾਫਿਕੇਸ਼ਨ ਨਾ ਕਰਾਉਣ, ਜਨਰੇਸ਼ਨ ਨੂੰ ਸ਼ੇਪ ਕਰਨ, ਨਵੀਂ ਸ਼ੇਪ ਦੇ ਵਿੱਚ ਲੈ ਕੇ ਆਉਣ, ਤਾਂ ਕਿ ਆਪਾਂ ਇੰਡੀਆ ਨੂੰ ਬਹੁਤ ਹੀ ਵਧੀਆ ਨੇਸ਼ਨ ਬਣਾ ਸਕੀਏ। ਠੀਕ ਹੈ, ਸੋ ਡਿਵੈਲਪ ਕਰ ਸਕੀਏ ਇੰਡੀਆ ਨੂੰ। ਚਲ ਨੈਕਸਟ ਆ ਗਿਆ ਰਾਜਸਥਾਨ। ਸੋ ਰਾਜਸਥਾਨ ਦੀ ਗੱਲਬਾਤ ਕੀਤੀ ਸੀ ਕਿ ਰਾਜਸਥਾਨ ਦੀ ਸਟੇਟ ਗੌਰਮੈਂਟ ਨੇ ਇਹ 33% ਕੋਟੇ ਨੂੰ ਮਨਜ਼ੂਰੀ ਦਿੱਤੀ ਹੈ ਜੀ ਪੁਲਿਸ ਫੋਰਸ ਦੇ ਵਿੱਚ ਵੂਮੈਨਸ। ਠੀਕ ਹੈ, ਸੋ ਵੂਮੈਨ ਵਾਸਤੇ 33% ਕੋਟਾ ਉਹਨਾਂ ਨੇ ਰੱਖ ਦਿੱਤਾ ਹੈ ਕਿ ਸਾਡੇ ਆਉਣ ਵਾਲੇ ਟਾਈਮ ਪੀਰੀਅਡ ਜਿਹੜਾ ਕਿ ਹੁਣ ਚੱਲ ਰਿਹਾ, ਜਿਹਦੇ ਵਿੱਚ ਤੁਸੀਂ ਲਾ ਲਓ ਵੀ ਕੋਲਕਾਤਾ ਦੇ ਵਿੱਚ ਹੁਣ ਇੱਕ ਕਾਂਡ ਹੋਇਆ ਸੀ, ਰੇਪ ਹੋਇਆ ਸੀ, ਤਾਂ ਇਹਦੇ ਪਿੱਛੋਂ ਇਹ ਲੱਗਿਆ ਕਿ ਜਿਹੜੀਆਂ ਵੂਮੈਨਸ ਨੇ ਉਹਨਾਂ ਨੂੰ ਉਹ ਬਹੁਤ ਇੱਕ ਸੈਂਸਿਟਿਵ ਇੱਕ ਕੰਸੈਪਟ ਹੋ ਗਿਆ, ਇਸ਼ੂ ਹੋ ਗਿਆ, ਤਾਂ ਉਹਨਾਂ ਨੂੰ ਰੱਖਿਆ ਜਿਹੜੀ ਕਰਨੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਕਰਕੇ ਸਟੇਟ ਪੁਲਿਸ ਸਬਆਰਡੀਨੇਟ ਸਰਵਿਸ ਰੂਲ 1989 ਦੇ ਅਕੋਰਡਿੰਗਲੀ ਇਸ 'ਚ ਅਮੈਂਡ ਕੀਤਾ ਗਿਆ, 33% ਰਿਜ਼ਰਵੇਸ਼ਨ ਲਈ ਗਈ ਤਾਂ ਕਿ ਹੈਂਡਲ ਕੀਤਾ ਜਾਵੇ ਬਹੁਤ ਸਾਰੇ ਵੂਮੈਨ ਇਸ਼ੂਜ਼ ਨੂੰ। ਠੀਕ ਹੈ, ਅਤੇ ਇਹਦੇ ਨਾਲ ਹੋਰ ਵੀ ਲੈ ਲਓ, ਜਿਵੇਂ ਕਿ ਕੁਛ ਹੋਰ ਐਡੀਸ਼ਨਲ ਡਿਸੀਜਨ ਵੀ ਲਿੱਤੇ ਗਏ, ਜਿਵੇਂ ਕਿ ਏਬਲਡ ਚਿਲਡਰਨ ਸਿਬਲਿੰਗਸ ਦੇ ਡਿਪੈਂਡੈਂਟ ਪੇਰੈਂਟਸ ਟੂ ਦਾ ਪੈਨਸ਼ਨ ਆਰਡਰ, ਜਾਣ ਕੇ ਕਹਿਣ ਦਾ ਮਤਲਬ ਜਿਹੜੇ ਇੰਪਲੋਏ ਨੇ ਜਾਂ ਫਿਰ ਜਿਹੜੇ ਇੰਪਲੋਏ ਹੁਣ ਨੈਨ ਰਹੀ ਨਹੀਂ ਗਏ, ਮਤਲਬ ਪੈਨਸ਼ਨ ਵਾਲੇ ਬਣ ਗਏ, ਤਾਂ ਉਹਨਾਂ ਦੀ ਫੈਮਲੀਜ਼ ਨੂੰ ਵੀ ਸੰਭਾਲਿਆ ਜਾਵੇ, ਉਹਨਾਂ ਦੀ ਫੈਮਲੀਜ਼ ਵਾਸਤੇ ਵੀ ਕੁਛ ਨਾ ਕੁਛ ਸੋਚਿਆ ਜਾਵੇ। ਐਕਸਟੈਂਡਿੰਗ ਜੋਬ ਰਿਜ਼ਰਵੇਸ਼ਨ ਫੋਰ ਐਥਲੀਟ, ਐਥਲੀਟਸ ਨੇ ਜਿਹੜੇ ਉਹਨਾਂ ਵਾਸਤੇ ਸਪੋਰਟਸ ਵਿੱਚ ਜੇ ਵਧੀਆ ਕੰਮ ਕਰ ਰਹੇ ਨੇ ਤਾਂ ਉਹਨਾਂ ਵਾਸਤੇ ਵੀ ਜਿਹੜੀ ਜੋਬ ਦੀ ਰਿਜ਼ਰਵੇਸ਼ਨ ਹੈ ਜਿਹੜੀ ਉਹ ਰੱਖੀ ਗਈ ਹੈ ਰਾਜਸਥਾਨ ਵੱਲੋਂ। ਠੀਕ ਹੈ ਜੀ, ਨੈਕਸਟ ਆ ਗਿਆ ਹਿਮਾਚਲ ਪ੍ਰਦੇਸ਼। ਵਿਧਾਨ ਸਭਾ ਦੇ ਵਿੱਚ 0 ਆਵਰ ਦੀ ਸ਼ੁਰੂਆਤ ਕਰੇਗੀ ਇਹ ਵਿਧਾਨ ਸਭਾ। ਠੀਕ ਹੈ, ਸੋ ਬੇਸਿਕਲੀ ਕੀ ਹੈ ਜੀ, ਆਪਣੇ ਇੰਡੀਆ ਦੇ ਵਿੱਚ ਪਾਰਲੀਮੈਂਟਰੀ ਸਿਸਟਮ ਹੈ, ਸੋ ਪਾਰਲੀਮੈਂਟ ਦੇ ਵਿੱਚ 2 ਟਾਈਪ ਦੇ ਸਦਨ ਨੇ ਆਪਣੇ, ਇੱਕ ਲੋਕ ਸਭਾ ਹੈ, ਇੱਕ ਰਾਜ ਸਭਾ। ਸੋ ਲੋਕ ਸਭਾ ਹੋਵੇ ਚਾਹੇ ਰਾਜ ਸਭਾ ਹੋਵੇ, ਮੀਨ ਟੂ ਸੇ ਇੱਕ ਮੀਟਿੰਗ ਹੁੰਦੀ ਹੈ ਵੱਡੇ ਤਰੀਕੇ ਦੀ। ਲੋਕ ਸਭਾ ਦਾ ਜਿਹੜਾ ਹੈੱਡ ਹੁੰਦਾ ਹੈ ਉਹ ਸਪੀਕਰ ਹੁੰਦਾ, ਅਤੇ ਰਾਜ ਸਭਾ ਦਾ ਜਿਹੜਾ ਹੈੱਡ ਹੁੰਦਾ ਉਹ ਵਾਈਸ ਚੇਅਰਮੈਨ ਹੁੰਦਾ, ਜਾਂ ਫਿਰ ਉਹਨੂੰ ਕਹਿ ਸਕਦੇ ਹਾਂ ਆਪਾਂ ਲਾਈਕ ਵਾਈਸ ਪ੍ਰੈਜ਼ੀਡੈਂਟ ਹੁੰਦਾ, ਜਿਹਨਾਂ ਨੂੰ ਆਪਾਂ ਚੇਅਰਮੈਨ ਬੋਲਦੇ ਹਾਂ। ਠੀਕ ਹੈ ਜੀ, ਜਿਹਨਾਂ ਨੂੰ ਆਪਾਂ ਚੇਅਰਮੈਨ ਬੋਲਦੇ ਹਾਂ। ਸੋ ਇਹ ਚੀਜ਼ਾਂ ਤੁਹਾਨੂੰ ਪਤਾ ਹੀ ਨੇ ਆਲਮੋਸਟ। ਠੀਕ ਹੈ, ਸੋ ਜੇ ਆਪਾਂ ਗੱਲ ਕਰਦੇ ਹਾਂ ਸਟੇਟ ਦੇ ਅਕੋਰਡਿੰਗਲੀ, ਤਾਂ ਸਟੇਟ ਦੇ ਵਿੱਚ ਕੋਈ ਜ਼ਿਆਦਾ ਜ਼ਰੂਰੀ ਵੀ ਨਹੀਂ ਹੈਗਾ, ਜੇ ਆਪਾਂ ਕਹਿ ਕਿ ਪਾਰਲੀਮੈਂਟਰੀ ਚੀਜ਼ ਜ਼ਰੂਰੀ ਹੈ, ਨਹੀਂ ਜ਼ਰੂਰੀ ਨਹੀਂ ਹੈਗਾ। ਇਹਦੇ ਵਿੱਚ ਇੱਕ ਜ਼ਰੂਰੀ ਚੀਜ਼ ਹੁੰਦੀ ਹੈ ਕੁਐਸਚਨ ਆਰ, ਇੱਕ ਕੁਐਸਚਨ ਆਰ ਬੜਾ ਜ਼ਰੂਰੀ ਹੁੰਦਾ, ਕਿ ਕੁਐਸਚਨ ਆਰ ਜਿਹੜਾ ਇਹ ਹੁੰਦਾ ਹੈ ਜਿਹਦੇ ਵਿੱਚ ਡਿਸਕਸ਼ਨ ਹੁੰਦੀ ਹੈ, ਕੁਐਸਚਨਿੰਗ ਕੀਤੀ ਜਾਂਦੀ ਹੈ। ਠੀਕ ਹੈ, ਸੋ ਕੁਐਸਚਨ ਆਰ ਇੱਕ ਘੰਟੇ ਦਾ ਹੁੰਦਾ ਹੈ, ਲੇਕਿਨ ਜੇ ਆਪਾਂ ਗੱਲ ਕਰਦੇ ਹਾਂ 0 ਆਰ, ਸੋ 0 ਆਰ ਮੈਂ ਨਾ ਇੱਕ ਇਸ ਟਾਈਮ ਪਾਰਲੀਮੈਂਟਰੀ ਸਿਸਟਮ ਦੀ ਗੱਲ ਕਰਦਾ, ਕਹਿਣ ਦਾ ਮਤਲਬ ਸੈਂਟਰ ਦਿੱਲੀ ਦੀ ਗੱਲ ਕਰ ਰਿਹਾ, ਕਿਸੇ ਸਟੇਟ ਦੀ ਗੱਲ ਨਹੀਂ ਕਰ ਰਿਹਾ, ਇਹ ਵੀ ਯਾਦ ਰੱਖ ਲਿਓ। ਠੀਕ ਹੈ, ਸੋ ਪਾਰਲੀਮੈਂਟਰੀ ਸਿਸਟਮ ਦੀ ਗੱਲ ਕਰ ਰਿਹਾ ਮੈਂ ਇੱਥੇ, ਇਹ ਚੀਜ਼ ਯਾਦ ਰੱਖ ਲਿਓ ਕਿ ਉੱਥੇ ਕੁਐਸਚਨ ਆਰ ਹੁੰਦਾ, ਕੁਐਸਚਨ ਆਰ ਤੋਂ ਫਿਰ ਉਸੇ 0 ਆਰ ਆ ਜਾਂਦਾ। ਠੀਕ ਹੈ, ਜਿਹੜਾ ਕਿ ਜ਼ਰੂਰੀ ਵੀ ਹੈ, ਜ਼ਰੂਰੀ ਨਹੀਂ ਵੀ ਹੈ, ਮਤਲਬ ਕਿ ਐਡੀ ਕੋਈ ਜ਼ਰੂਰੀ ਚੀਜ਼ ਨਹੀਂ ਹੈਗੀ, ਬਟ ਕੀ ਹੈ 0 ਆਰ ਹੈ ਜਿਹੜਾ ਉਹ ਰੱਖਿਆ ਜਾਂਦਾ ਹੈ ਥੋੜ੍ਹੇ ਟਾਈਮ ਵਾਸਤੇ, ਅੱਧੇ ਘੰਟੇ ਦਾ ਵੀ ਹੋ ਸਕਦਾ ਹੈ, ਠੀਕ ਹੈ, ਘੰਟੇ ਦਾ ਵੀ ਹੋ ਸਕਦਾ ਹੈ, ਤਾਂ ਕਿ ਜੋ ਵੀ ਜਿਹੜਾ ਆਪਾਂ ਸੈਸ਼ਨ ਲਾਉਣਾ ਉਸ ਤੋਂ ਪਹਿਲਾਂ ਇਹਨੂੰ ਨਿਬੇੜਿਆ ਜਾਵੇ। ਠੀਕ ਹੈ, ਸੋ ਕੁਐਸਚਨ ਆਰ ਤੋਂ ਇਹ ਬਾਅਦ 'ਚ ਹੁੰਦਾ। ਤੋ ਇਸੇ ਤਰੀਕੇ ਨਾਲ 0 ਆਰ ਹੈ ਜਿਹੜਾ ਇਹ ਕਿਉਂ ਹੁੰਦਾ, ਸਭ ਤੋਂ ਇੰਪੋਰਟੈਂਟ ਚੀਜ਼, ਇਹ ਤਾਂ ਹੁੰਦਾ ਕਿਉਂਕਿ ਕੋਈ ਵੀ ਇਸ਼ੂਜ਼ ਹੋਣ
ਆਪਣੀ ਸਟੇਟ ਦੇ ਵਿੱਚ, ਤਾਂ ਉਹਨੂੰ ਉੱਪਰ ਚੱਕਿਆ ਜਾਵੇ, ਉਹਦੇ ਬਾਰੇ ਗੱਲਬਾਤ ਕੀਤੀ ਜਾਵੇ, ਉਹਨੂੰ ਚਰਚਾ ਦੇ ਵਿੱਚ ਲਿਆਇਆ ਜਾਵੇ। ਤਾਂ ਜ਼ੀਰੋ ਆਰ ਤਾਂ ਕਰਕੇ ਸ਼ੁਰੂਆਤ ਕਰੀ ਗਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ। ਤਾਂ ਦੇਖੋ ਜੀ, ਫਸਟ ਟਾਈਮ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਦਾਂ ਹੋਇਆ ਕਿ 4 ਸਤੰਬਰ 2024 ਦੀ ਪ੍ਰੋਸੀਡਿੰਗਸ ਦੇ ਵਿੱਚ ਜ਼ੀਰੋ ਆਰ ਨੂੰ ਐਡ ਕੀਤਾ ਗਿਆ। ਜ਼ੀਰੋ ਆਰ ਇੱਕ ਇੰਡੀਅਨ ਪਾਰਲੀਮੈਂਟਰੀ ਇਨਵੈਂਸ਼ਨ ਹੈ ਜਿਹੜੀ ਕਿ 60s ਦੇ ਵਿੱਚ ਇਨਵੈਂਟ ਕੀਤੀ ਗਈ, ਕਿ ਇਹਨੂੰ ਅਡੋਪਟ ਕੀਤਾ ਗਿਆ ਸਾਰੀਆਂ ਅਸੈਂਬਲੀਜ਼ ਦੁਆਰਾ। ਠੀਕ ਹੈ, ਇਟ ਇਜ਼ ਅ ਕਨਵੈਨਸ਼ਨ ਨੋਟ ਅ ਰੂਲ ਔਰ ਨੋਟ ਇਨ ਮੈਂਸ਼ਨ ਇਨ ਦਾ ਰੂਲਸ ਆਫ ਪਾਰਲੀਮੈਂਟਰੀ ਔਰ ਸਟੇਟ ਅਸੈਂਬਲੀ। ਕਹਿਣ ਦਾ ਮਤਲਬ ਇਹ ਰੂਲ ਨਹੀਂ ਹੈਗਾ, ਬਸ ਇੱਕ ਚੀਜ਼ ਹੈ ਕਿ ਹਾਂ ਤੁਸੀਂ ਕਰ ਸਕਦੇ ਹੋ ਇਨ ਕੇਸ ਇਫ ਯੂ ਵਾਂਟ ਇਟ। ਠੀਕ ਹੈ, ਕੋਈ ਰੂਲ ਨਹੀਂ ਹੈਗਾ ਕਿ ਹਾਂ ਕਰਨਾ ਹੀ ਕਰਨਾ ਹੈ। ਬਟ ਹਿਮਾਚਲ ਪ੍ਰਦੇਸ਼ ਦੇ ਸਪੀਕਰ ਸਾਹਿਬ ਕੁਲਦੀਪ ਸਿੰਘ ਪਠਾਨੀਆ ਜੀ ਨੇ, ਇੰਪੋਰਟੈਂਟ ਹੈ ਸਪੀਕਰ ਜੀ, ਠੀਕ ਹੈ, ਸੋ ਉਹਨਾਂ ਨੇ ਅਨਾਊਂਸ ਕੀਤਾ ਕਿ ਇੰਟਰੋਡਕਸ਼ਨ ਆਫ ਸਟਾਰਟਿੰਗ ਆਫ ਮੌਨਸੂਨ ਸੈਸ਼ਨ 3 ਸਤੰਬਰ ਨੂੰ ਜ਼ੀਰੋ ਆਰ ਬਿਗਿਨ ਕੀਤਾ 12:30 'ਤੇ, ਜਿਹੜਾ ਕਿ 30 ਮਿੰਟ ਤੱਕ ਚੱਲਿਆ। ਕਹਿਣ ਦਾ ਮਤਲਬ 1 ਵਜੇ ਤੱਕ ਇਹ ਚੱਲਿਆ। ਠੀਕ ਹੈ, ਸੋ ਕੁਸ਼ਚਨ ਆਰ ਤੋਂ ਇਹ ਬਾਅਦ ਹੋਇਆ, ਕੁਸ਼ਚਨ ਆਰ ਕੀ ਹੋ ਗਿਆ ਜੀ, ਫਿਰ 11:30 ਤੋਂ 12:30 ਅਤੇ 12:30 ਤੋਂ 1 ਵਜੇ ਤੱਕ, ਕਹਿਣ ਦਾ ਮਤਲਬ ਕੀ ਹੋ ਜਾਊਗਾ ਤੁਹਾਡਾ ਜ਼ੀਰੋ ਆਰ ਆ ਗਿਆ। ਠੀਕ ਹੈ, ਸੋ ਕੁਸ਼ਚਨ ਆਰ ਪਹਿਲਾਂ ਆਉਂਦਾ, ਜ਼ੀਰੋ ਆਰ ਬਾਅਦ 'ਚ ਆਉਂਦਾ। ਕਲੀਅਰ ਹੋ ਗਈ ਗੱਲ? ਸੋ ਮੈਂਬਰਸ ਕੈਨ, ਹੁਣ ਇਹ 'ਚ ਹੁੰਦਾ ਕੀ ਹੈ, ਮੈਂਬਰ ਕੈਨ ਰੇਜ਼ ਅਰਜੈਂਟ ਮੈਟਰਸ ਆਫ ਪਬਲਿਕ ਇੰਪੋਰਟੈਂਸ ਵਿਦ ਈਚ ਮੈਂਬਰ ਗੈਟਿੰਗ ਅਬਾਊਟ ਆ 1 ਮਿੰਟ ਟੂ ਸਪੀਕ। ਸੋ ਇੱਕ ਬੰਦਾ 1 ਮਿੰਟ ਵਾਸਤੇ ਬੋਲ ਸਕਦਾ ਹੈ ਜੋ ਵੀ ਉਹ ਚਾਹੁੰਦਾ ਹੈ। ਕਲੀਅਰ ਹੋ ਗਈ ਗੱਲ? ਚਲ, ਇਹ ਸਾਰਾ ਕੁਛ ਮੇਰੇ ਭੈਣਾਂ ਅਤੇ ਭਰਾਵਾਂ ਵਾਸਤੇ ਜਿਹੜੇ ਪੰਜਾਬੀ ਮੀਡੀਅਮ ਨੂੰ ਬਿਲੋਂਗ ਕਰਦੇ ਨੇ, ਤਾਂ ਉਹਨਾਂ ਵਾਸਤੇ ਮੈਂ ਦੱਸਤਾ। ਵੈਸੇ ਮੈਂ ਬੋਲ ਤਾਂ ਦਿੱਤਾ ਹੀ ਹੈ ਸਾਰਾ ਕੁਛ, 4 ਦਸੰਬਰ 'ਤੇ ਕੋਈ ਵੀ ਨਿਯਮ ਨਹੀਂ ਹੈਗਾ। ਕੁਲਦੀਪ ਸਿੰਘ ਪਠਾਨੀਆ ਸਾਹਿਬ, 3 ਦਸੰਬਰ ਨੂੰ ਇਹ ਚੀਜ਼ ਕੀਤੀ ਗਈ। ਠੀਕ ਹੈ, ਅਤੇ 12:30 ਮਤਲਬ ਕਿ 12:30 'ਤੇ ਸ਼ੁਰੂ ਹੁੰਦਾ ਅਤੇ 30 ਮਿੰਟ ਤੱਕ ਇਹ ਚੱਲ ਸਕਦਾ ਹੈ। ਠੀਕ ਹੈ, ਸੋ ਜ਼ਰੂਰੀ ਮਾਮਲਿਆਂ ਨੂੰ ਆਪਾਂ ਉਠਾ ਸਕਦੇ ਹਾਂ ਅਤੇ ਹਰੇਕ ਮੈਂਬਰ ਨੂੰ ਬੋਲਣ ਦੀ ਲਗਭਗ 1 ਮਿੰਟ ਮਿਲਦਾ ਹੈ। ਅੱਗੇ ਆ ਗਏ ਸੁਰੇਸ਼ ਪ੍ਰਭੂ, ਜਿਹੜੇ ਕਿ ਪਹਿਲਾਂ ਸਾਡੇ ਇੱਕ ਮਿਨਿਸਟਰ ਸੀਗੇ, ਯੂਨੀਅਨ ਮਿਨਿਸਟਰ ਸੀਗੇ। ਸੋ ਉਹਨਾਂ ਨੂੰ ਵਰਲਡ ਐਗਰੀਕਲਚਰ ਫੋਰਮ ਬੋਰਡ ਦੇ ਵਿੱਚ ਕੀ ਕੀਤਾ ਗਿਆ, ਨੋਮੀਨੇਟ ਕੀਤਾ ਗਿਆ। ਲੇਕਿਨ ਬੋਰਡ ਬਹੁਤ ਬੜਾ, ਇਹਦੇ ਵਿੱਚ ਇੱਕ ਛੋਟੀ ਜਿਹੀ ਨਹੀਂ, ਬਹੁਤ ਵੱਡੀ ਪੋਸਟ ਹੈ ਵੈਸੇ ਤਾਂ। ਸੋ ਸੁਰੇਸ਼ ਪ੍ਰਭੂ ਜੀ ਨੂੰ ਇਸ ਦੇ ਵਿੱਚ ਪੋਸਟ ਮਿਲੀ, ਕਿਉਂਕਿ ਇਹ ਵਰਲਡ ਲੈਵਲ ਦੀ ਗੱਲ ਹੈ, ਤਾਂ ਵਰਲਡ ਲੈਵਲ ਕਰਕੇ ਸੁਰੇਸ਼ ਪ੍ਰਭੂ ਜੀ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਗਏ। ਸੋ ਇਹਨਾਂ ਨੂੰ ਜੀ ਸੀਟ ਮਿਲੀ ਹੈ ਉੱਥੇ ਨੋਮੀਨੇਟ ਕੀਤਾ ਗਿਆ ਇਸ ਬੋਰਡ ਦੇ ਵਿੱਚ, ਕਿਉਂਕਿ ਉਹਨਾਂ ਦਾ ਜਿਹੜਾ ਕੰਮਕਾਰ ਹੈ ਐਰੀਨਾ, ਜਿਹੜਾ ਉਹਨਾਂ ਦਾ ਐਗਰੀਕਲਚਰ ਹੈ ਦੇ ਵਿੱਚ ਐਕਸਪਰਟੀਜ਼ ਹੈ, ਤਾਂ ਕਾਫੀ ਅੱਛੀ ਹੈ। ਕਹਿੰਦੇ ਪ੍ਰਭੂ ਉਸ ਐਕਸਪਰਟੀਜ਼ ਐਜ਼ ਅ ਕ੍ਰੂਸ਼ਲ ਰੂਲ ਫੋਰ ਸ਼ੇਪਿੰਗ ਦਾ ਫਿਊਚਰ ਆਫ ਐਗਰੀਕਲਚਰ ਸੈਕਟਰ। ਤਾਂ ਕਹਿੰਦੇ ਜੀ ਸੈਕਟਰ, ਐਗਰੀਕਲਚਰ ਸੈਕਟਰ ਨੂੰ ਵਧੀਆ ਕਰਨ ਵਾਸਤੇ ਸੁਰੇਸ਼ ਪ੍ਰਭੂ ਜੀ ਨੂੰ ਉਹਦੇ ਵਿੱਚ ਨੋਮੀਨੇਟ ਕੀਤਾ ਗਿਆ ਵਰਲਡ ਐਗਰੀਕਲਚਰ ਫੋਰਮ ਦੇ ਵਿੱਚ। ਠੀਕ ਹੈ, ਜਿਹਨੂੰ ਦੇ ਚੇਅਰਮੈਨ ਜਿਹੜੇ ਨੇ ਉਸ ਬੋਰਡ, ਉਸਦੇ ਬੋਰਡ ਦੇ ਚੇਅਰਮੈਨ ਕੌਣ ਨੇ ਜੀ, ਰੂਡੀ ਰੈਬਿੰਗੇ। ਠੀਕ ਹੈ, ਸੋ ਉੱਥੋਂ ਦੇ ਕੀ ਨੇ ਇਹ, ਬੋਰਡ ਦੇ ਚੇਅਰਮੈਨ। ਠੀਕ ਹੈ, ਇੰਨੀ ਗੱਲ ਹੈ ਜੀ, ਇੰਪੋਰਟੈਂਟ ਗੱਲ। ਅੱਗੇ ਆ ਗਿਆ, ਇੰਡੀਆ ਏਮਸ ਟੂ ਬੂਸਟ ਅਲਕੋਹਲ ਬੈਵਰੇਜਸ ਐਕਸਪੋਰਟ ਟੂ 8,000 ਕਰੋੜ। ਦੇਖੋ, ਇੱਕ ਸਿੰਪਲ ਜੀ ਮੈਂ ਫੋਟੋ ਲੈਣੀ ਜ਼ਰੂਰੀ ਨਹੀਂ ਸਮਝ ਰਿਹਾ ਸੀ, ਲੇਕਿਨ ਤੁਹਾਨੂੰ ਸਮਝ ਨਹੀਂ ਆਉਣੀ ਸੀ, ਬੜੀ ਹੀ ਅਲੱਗ ਚੀਜ਼ ਹੈ। ਦੇਖੋ, ਇਹਦੇ ਨਾਲ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੱਤੀ ਹੈ ਕਿ ਇਹ ਦੋਨੋਂ ਚੀਜ਼ਾਂ, ਚਾਹੇ ਉਹ ਸਿਗਰਟ ਹੋਵੇ ਚਾਹੇ ਉਹ ਸ਼ਰਾਬ ਹੋਵੇ, ਇਹਦੀ ਫੋਟੋ ਲਾਉਣਾ ਸਿਹਤ ਲਈ ਹਾਨੀਕਾਰ ਹੈ। ਐਕਚੁਅਲੀ ਸਿਹਤ ਲਈ ਹਾਨੀਕਾਰ, ਜਿਵੇਂ ਮੂਵੀਜ਼ ਦਿਖਾਉਂਦੇ ਨੇ, ਤਾਂ ਮੈਂ ਸਪੈਸ਼ਲ ਇੱਕ ਲੋਗੋ ਲਗਾਇਆ ਹੋਇਆ ਤਾਂ ਕਿ ਤੁਸੀਂ ਇਹਦੇ ਵੱਲ ਧਿਆਨ ਨਾ ਦਿਓ, ਕਿਉਂਕਿ ਮੇਰਾ ਇਹਦੇ ਇਹਨੂੰ ਵਧਾਉਣਾ ਜਾਂ ਚੜ੍ਹਾਉਣਾ ਇਹ ਕਰਨਾ ਜ਼ਰੂਰੀ ਨਹੀਂ ਹੈ, ਕਿਉਂਕਿ ਮੈਂ ਤਾਂ ਇੱਕ ਕੀ ਦੇਣਾ ਚਾਹੁੰਦਾ, ਤੁਹਾਨੂੰ ਨਿਊਜ਼ ਦੇਣਾ ਚਾਹੁੰਦਾ। ਇਟਸ ਅ ਵੈਰੀ ਇੰਪੋਰਟੈਂਟ ਨਿਊਜ਼, ਕਿਉਂਕਿ ਰੀਸੈਂਟਲੀ ਕੀ ਹੋਇਆ ਜੀ, ਆਪਣੇ ਇੰਡੀਆ ਦੇ ਵਿੱਚ ਐਕਸਪੋਰਟ, ਜਿਹੜਾ ਇੰਡੀਆ ਦੇ ਐਕਸਪੋਰਟ ਹੈ ਉਹ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਕਿਉਂਕਿ ਆਪਣਾ ਜਿਹੜਾ ਗਰੋਥ ਰੇਟ ਹੈ, ਮੈਂ ਕੱਲ੍ਹ ਪਰਸੋਂ ਦੱਸਿਆ ਸੀ ਕਰੰਟ ਅਫੇਅਰ 'ਚ, ਉਹ ਆਪਣਾ 7% ਹੋ ਚੁੱਕਾ ਹੈ, 6.6% ਤੋਂ
ਵਧਾ ਕੇ ਹੋਇਆ, ਠੀਕ ਹੈ। ਸੋ ਗਰੋਥ ਰੇਟ ਵਧਿਆ। ਤਾਂ ਇਹਦੇ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਐਕਸਪੋਰਟ ਨੂੰ ਵਧਾਉਣ ਦੀ ਗੱਲ ਕੀਤੀ ਹੈ, ਤਾਂ ਹੁਣ ਇੰਡੀਆ ਕਹਿ ਰਹੀ ਹੈ, ਕਹਿੰਦੇ ਹੁਣ ਅਸੀਂ 8,000 ਕਰੋੜ ਤੱਕ ਐਕਸਪੋਰਟ ਆ ਜਿਹੜਾ ਉਹ ਬੈਵਰੇਜਸ ਦੇ ਵਿੱਚ ਹੀ ਵਧਾਵਾਂਗੇ, ਅਲਕੋਹਲ ਪੀਣ ਵਾਲੇ ਪਦਾਰਥਾਂ ਦੇ ਵਿੱਚ ਹੀ 1,000 ਕਰੋੜ ਰੁਪਏ ਦਾ ਵਾਧਾ ਅਸੀਂ ਕਰਨ ਵਾਲੇ ਹਾਂ, ਐਕਸਪੋਰਟ ਕਰਾਂਗੇ। ਕਹਿਣ ਦਾ ਮਤਲਬ ਇੱਥੋਂ ਦੀ ਜਿਹੜੀ ਅਲਕੋਹਲ ਹੋਊਗੀ ਉਹ ਫੋਰਨ ਦੇ ਵਿੱਚ ਵਿਕਿਆ ਕਰੂਗੀ ਅਤੇ ਉੱਥੋਂ ਦਾ ਇਨਕਮ ਸਾਡੇ ਕੋਲ ਆਇਆ ਕਰੂਗੀ। ਲਗਭਗ ਕਿੰਨੀ 8,000 ਕਰੋੜ ਰੁਪਈਆ ਉੱਥੋਂ ਤੱਕ ਅਸੀਂ ਲੈ ਕੇ ਜਾਵਾਂਗੇ, ਜਿਹੜੀ ਕਿ US $952.9 million ਦੇ ਬਰਾਬਰ ਹੈ ਆਉਣ ਵਾਲੇ ਕੁਛ ਸਮੇਂ ਦੇ ਵਿੱਚ। ਉਹ ਕਹਿੰਦੇ ਅਸੀਂ ਮੇਕ ਇਨ ਇੰਡੀਆ ਇਨੀਸ਼ੀਏਟਿਵ ਦਾ ਇਹਨੂੰ ਪਾਰਟ ਬਣਾਉਣਾ ਚਾਹੁੰਦੇ ਹਾਂ, ਜਿਹਦੇ ਵਿੱਚ ਸਪੋਰਟ ਐਗਰੀਕਲਚਰ ਐਂਡ ਪ੍ਰੋਸੀਡਿੰਗ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟਸ ਡਿਵੈਲਪਮੈਂਟ ਅਥਾਰਟੀ APEDA ਸੀਕਸ ਟੂ ਐਲੀਵੇਟ ਇੰਡੀਆ ਫਰੋਮ ਇਟਸ 40th ਪੋਜੀਸ਼ਨ। ਕਹਿਣ ਦਾ ਮਤਲਬ ਇੰਡੀਆ ਦੀ ਹੁਣ ਪੋਜੀਸ਼ਨ 40ਵੇਂ ਨੰਬਰ 'ਤੇ ਆ ਜੇ ਆਪਾਂ ਐਲਕੋਹਲਿਕ ਐਕਸਪੋਰਟਸ ਦੀ ਗੱਲ ਕਰਦੇ ਹਾਂ, ਮਤਲਬ ਕਿ ਪੂਰੇ ਵਿਸ਼ਵ ਦੇ ਵਿੱਚ ਇੰਡੀਆ 40th ਪੋਜੀਸ਼ਨ 'ਤੇ ਆਉਂਦਾ ਕਿ 40ਵੇਂ ਨੰਬਰ 'ਤੇ ਆਉਂਦਾ ਕਿ ਆਪਣੀ ਪੀਣ ਵਾਲੇ ਪਦਾਰਥਾਂ ਨੂੰ, ਜਿਹੜੇ ਐਲਕੋਹਲਿਕ ਪਦਾਰਥ ਨੇ ਉਹਨਾਂ ਨੂੰ ਵੇਚਣ 'ਚ। ਕਹਿਣ ਦਾ ਮਤਲਬ ਐਕਸਪੋਰਟ ਕਰਨ 'ਚ, ਨਿਰਯਾਤ ਕਰਨ ਦੇ ਵਿੱਚ, ਠੀਕ ਹੈ, ਕੀ ਕਰਨ 'ਚ, ਨਿਰਯਾਤ ਕਰਨ 'ਚ। ਨਿਰਯਾਤ ਇੱਕ ਸ਼ਬਦ ਯਾਦ ਰੱਖ ਲਿਓ ਪੰਜਾਬੀ ਮੀਡੀਅਮ ਵਾਲੇ ਬੱਚੇ, ਠੀਕ ਹੈ। ਸੋ ਵਿਨੋਦ ਗਿਰੀ ਉਹ ਕਹਿੰਦੇ ਜੇ ਇਹਦੀ ਪੋਜੀਸ਼ਨ ਨੂੰ ਅਸੀਂ ਸਹੀ ਕਰਨਾ, ਮੀਨ ਟੂ ਸੇ ਥੋੜ੍ਹਾ ਜਿਹਾ ਅੱਪ ਜਾਣਾ, ਜਿਹਦੇ ਕਰਕੇ ਸਾਡਾ ਜਿਹੜਾ ਆ $1 billion ਦੇ ਕਰੀਬਨ ਹੋ ਜਾਵੇ। ਸੋ ਵਿਨੋਦ ਗਿਰੀ ਕੌਣ ਨੇ ਜੀ? ਡਾਇਰੈਕਟਰ ਜਨਰਲ ਆਫ ਬਰੀਵਰ ਐਸੋਸੀਏਸ਼ਨ ਆਫ ਇੰਡੀਆ। ਸੋ ਤੁਸੀਂ ਪੁੱਛੋਗੇ ਸਰ ਜੀ ਇਹ ਕਿਹੜੀ ਐਸੋਸੀਏਸ਼ਨ ਹੈ? ਬੇਟਾ ਐਕਚੁਅਲ ਦੇ ਵਿੱਚ ਦਾਰੂਆਂ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਬੀਅਰ। ਸੋ ਬੀਅਰ ਦੀ ਬਣਾਉਣ ਵਾਲੇ ਜਿਹੜਾ ਐਸੋਸੀਏਸ਼ਨ ਹੈ ਉਹਦੇ ਵਿੱਚ ਇੰਡੀਆ ਵਜੋਂ ਜੇ ਆਪਾਂ ਗੱਲ ਕਰਦੇ ਹਾਂ ਬਰੀਵਰ ਐਸੋਸੀਏਸ਼ਨ ਆਫ ਇੰਡੀਆ, ਉਹ ਬੀਅਰ ਦੀ ਹੀ ਇੱਕ ਐਸੋਸੀਏਸ਼ਨ ਹੈ, ਜਿਹਦੇ ਡਾਇਰੈਕਟਰ ਜਨਰਲ ਕੌਣ ਨੇ ਜੀ? ਵਿਨੋਦ ਗਿਰੀ ਜੀ ਨੇ। ਇੰਪੋਰਟੈਂਟ ਹੋ ਸਕਦਾ ਕਿਉਂਕਿ ਆਪਾਂ ਨੂੰ ਇੱਕ ਕੁਸ਼ਚਨ, ਇੱਕ ਨਿਊਜ਼ ਆ ਗਿਆ ਤਾਂ ਕੁਛ ਵੀ ਇੰਪੋਰਟੈਂਟ ਹੋ ਸਕਦਾ, ਠੀਕ ਹੈ। ਚਲ ਨੈਕਸਟ ਗੱਲ ਕਰਦੇ ਹਾਂ ਜੀ ਆਪਾਂ ਕੁਸ਼ਚਨ ਆਨਸਰ 'ਤੇ, ਜਿਹੜੇ ਕਿ ਸਾਡੇ MCQs ਨੇ। ਸੋ MCQs ਦੇ ਵਿੱਚ ਦੀਪਤੀ ਜੇਵਾਂਤੀ, ਜਿਨ੍ਹਾਂ ਦੀ ਫੋਟੋ ਇੱਥੇ ਲੱਗ ਰਹੀ ਹੈ, ਸੋ ਇਹਨਾਂ ਨੂੰ ਕਿਹੜਾ ਮੈਡਲ ਜਿੱਤਿਆ ਜੀ 400 ਮੀਟਰ T20 ਈਵੈਂਟ ਦੇ ਵਿੱਚ, ਜਿਹੜੇ ਕਿ ਪੈਰਿਸ ਪੈਰਾਓਲੰਪਿਕਸ ਦੇ ਵਿੱਚ ਹੋ ਰਹੀਆਂ ਨੇ। ਸੋ ਮੈਡਲ ਜਿੱਤਣ ਵਾਲੇ ਕਿਹੜਾ ਮੈਡਲ ਜਿੱਤਿਆ ਜੀ? ਇਹਨਾਂ ਨੂੰ ਬ੍ਰੌਂਜ਼ ਮੈਡਲ ਮਿਲਿਆ, ਜਿਹਨਾਂ ਨਾਮ ਹੈਗਾ ਜੀ ਦੀਪਤੀ ਜੇਵਾਂਤੀ। ਬ੍ਰੌਂਜ਼ ਮੈਡਲ 400 ਮੀਟਰ ਦੀ ਰੇਸ ਸੀ ਜੀ, T20 ਰੇਸ, 55.82 ਸੈਕਿੰਡ ਦੇ ਵਿੱਚ ਇਹਨਾਂ ਨੇ ਪੂਰੀ ਕਰੀ ਹੈ, ਠੀਕ ਹੈ। ਸੋ ਇੰਪੋਰਟੈਂਟ ਨਿਊਜ਼। ਚਲ ਨੈਕਸਟ ਕੁਸ਼ਚਨ ਆ ਗਿਆ, ਵਿੱਚ ਸਟੇਟ ਗੌਰਮੈਂਟ ਰੀਸੈਂਟਲੀ ਪਾਸ ਅਪਾਰਜਿਤਾ ਵੂਮੈਨ ਐਂਡ ਚਾਈਲਡ ਬਿੱਲ 2024। ਮੇਰੇ ਕੁਸ਼ਚਨ ਬੋਲਣ ਤੋਂ ਪਹਿਲਾਂ ਤੁਹਾਨੂੰ ਆਨਸਰ ਪਤਾ ਹੋਣਾ ਚਾਹੀਦਾ, ਆਨਸਰ ਇਜ਼ ਵੈਸਟ ਬੰਗਾਲ। ਸੋ ਵੈਸਟ ਬੰਗਾਲ ਦੇ ਵਿੱਚ ਇਹ ਚੀਜ਼ ਹੋਈ ਹੈ ਜੀ। ਵੈਸਟ ਬੰਗਾਲ ਦੇ ਜਿਹੜੇ ਆਪਣੇ CM ਸਾਹਿਬ ਨੇ, ਆਪਣੇ ਜੀ ਮਮਤਾ ਬੈਨਰਜੀ ਜੀ, ਉਹਨਾਂ ਨੇ ਇਹ ਚੀਜ਼ ਦੇਖਿਆ ਜੀ ਕਿ RG ਕਰ ਮੈਡੀਕਲ ਸੈਂਟਰ ਐਂਡ ਹੋਸਪਿਟਲ 9 ਅਗਸਤ ਨੂੰ ਕੀ ਹੋਇਆ ਸੀ ਪਿੱਛੇ ਜੇ, ਇੱਕ ਟ੍ਰੈਜਡੀ ਹੋਈ। ਉੱਥੋਂ ਦੀ ਜਿਹੜੀ ਇੱਕ ਟ੍ਰੇਨੀ ਡਾਕਟਰ ਸੀ ਉਹਦੇ ਨਾਲ ਰੇਪ ਜਾਂ ਮਰਡਰ ਕੀਤਾ ਗਿਆ RG ਕਾਰ ਮੈਡੀਕਲ ਸੈਂਟਰ ਅਤੇ ਹੋਸਪਿਟਲ ਦੇ ਵਿੱਚ, ਜੋ ਕਿ ਵੈਸਟ ਬੰਗਾਲ ਦੇ ਵਿੱਚ ਹੈ। ਅਤੇ ਉੱਥੋਂ ਦੇ ਜਿਹੜੀ ਅਸੈਂਬਲੀ ਹੈ ਉੱਥੇ ਵਿੱਚ ਅਪਾਰਜਿਤਾ ਵੂਮੈਨ ਚਾਈਲਡ ਜਿਹੜਾ ਹੈ ਬਿੱਲ ਹੈ 2024 ਦਾ, ਉਹ ਪਾਸ ਕੀਤਾ ਗਿਆ ਔਰ ਉਹਨੂੰ ਅਮੈਂਡ ਕੀਤਾ ਗਿਆ ਪੁਰਾਣਿਆਂ ਨੂੰ, ਤਾਂ ਕਿ ਜਿਹੜੀਆਂ ਪ੍ਰੋਟੈਕਸ਼ਨਸ ਨੂੰ ਵੂਮੈਨ ਨੂੰ ਲੈ ਕੇ ਜਾਂ ਚਿਲਡਰਨ ਨੂੰ ਲੈ ਕੇ ਉਹ ਸਟਰੈਂਥਨ ਉਹਨਾਂ ਨੂੰ ਕੀਤਾ ਜਾਵੇ, ਹੋਰ ਵਧਾਇਆ ਜਾਵੇ। ਕਹਿਣ ਦਾ ਮਤਲਬ ਕੀ ਹੋਊਗਾ ਇਹਦੇ ਵਿੱਚ, ਮੈਂ ਆਪਾਂ ਗੱਲ ਪਹਿਲਾਂ ਵੀ ਕੀਤੀ ਸੀ ਡੀਪਲੀ, ਉਹ ਡੀਪਲੀ ਗੱਲਬਾਤ ਇਹ ਕੀਤੀ ਸੀ ਕਿ ਕਿਹਨਾਂ ਨੂੰ ਕਿਹੜੀ ਸਜ਼ਾ ਮਿਲੂਗੀ, ਕਿਹਨਾਂ ਨੂੰ ਕਿਹੜੀ ਸਜ਼ਾ ਮਿਲੂਗੀ, ਠੀਕ ਹੈ। ਮੌਤ ਦੇ ਘਾਟ ਕਹਿੰਦੇ ਉਤਾਰ ਦੇਣਾ ਚਾਹੀਦਾ ਹੈ, ਸਿੱਧੀ ਜੀ ਗੱਲ ਉਹਨਾਂ ਨੇ ਆਹ ਕਰਤੀ ਸੀ, ਠੀਕ ਹੈ। ਹੁਣ ਦੇਖਦੇ ਹਾਂ ਅੱਗੇ ਪ੍ਰੈਜੀਡੈਂਟ ਸਾਹਿਬ ਦੇ ਜਿਹੜਾ ਏਸੈਂਟ ਹੈ ਉਹ ਮਿਲੂਗਾ ਜਾਂ ਨਹੀਂ ਮਿਲੂਗਾ। ਤੁਸੀਂ ਸਾਰਿਆਂ ਨੇ ਵੈਸਟ ਬੰਗਾਲ ਦੇ ਗਵਰਨਰ ਸਾਹਿਬ ਦਾ ਨਾਮ ਜ਼ਰੂਰ ਯਾਦ ਰੱਖਣਾ, ਤਾਂ ਗਵਰਨਰ ਸਾਹਿਬ ਦਾ ਨਾਮ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੇ ਦਿਓ, ਠੀਕ ਹੈ ਜੀ। ਕਮੈਂਟ ਸੈਕਸ਼ਨ 'ਚ ਇਹਦਾ ਆਨਸਰ ਜ਼ਰੂਰ ਦੇ ਦਿਓ। ਚਲੋ
to commemorate which leader's achievement did the Raman Magsaysay Award Foundation launch Greatness of Spirit series? So Greatness of Spirit ਜਿਹੜੀ ਹੈ ਹੁਣੇ ਹੁਣੇ ਪਿੱਛੇ ਜੀ ਆਪਾਂ ਰਮਨ ਮੈਗਸੇਸੇ ਅਵਾਰਡ ਦੀ ਗੱਲ ਕੀਤੀ ਸੀ ਜੋ ਕਿ ਜਪਾਨ ਦੇ ਇੱਕ ਪਰਸਨ ਨੂੰ ਮਿਲਿਆ ਸੀ, ਉਹਦਾ ਨਾਮ ਵੀ ਕਮੈਂਟ ਸੈਕਸ਼ਨ 'ਚ ਦੱਸੋ, ਠੀਕ ਹੈ? ਤਾਂ ਇੱਦਾਂ ਮੈਂ ਕੁਸ਼ਚਨ 5-7 ਮੈਂ ਪੁੱਛਿਆ ਕਰਨਾ, ਵਧਾ ਦੇ ਮੈਂ ਕੁਸ਼ਚਨ ਤੁਹਾਡੇ ਵਾਸਤੇ, 10-15 ਤਾਂ ਮੈਂ ਕਰਾ ਦਿਆ ਕਰਨਾ, 10-15 ਤੁਹਾਡੇ ਤੋਂ ਪੁੱਛ ਲਿਆ ਕਰਨਾ, ਹੋ ਜਾਣਾ 20-25, ਠੀਕ ਹੈ? ਸੋ ਚਲੋ, ਸੋ ਕਿਹੜੇ ਲੀਡਰ ਦੀ ਅਚੀਵਮੈਂਟਸ ਨੂੰ ਕਮੈਮੋਰੇਟ ਕਰਦੇ ਹੋਏ ਗ੍ਰੇਟੈਸਟ ਆਫ ਸਪਿਰਿਟ ਸੀਰੀਜ਼ ਹੈ ਜਿਹੜੀ ਉਹਨੂੰ ਲਾਂਚ ਕੀਤਾ ਗਿਆ ਇਸ ਅਵਾਰਡ ਫੰਕਸ਼ਨ ਦੇ ਦੌਰਾਨ, ਠੀਕ ਹੈ? ਸੋ ਆਨਸਰ ਦੇ ਵਿੱਚ, ਆਪਸ਼ਨ ਦੇ ਵਿੱਚ ਮਹਾਤਮਾ ਗਾਂਧੀ, ਨੈਲਸਨ ਮੰਡੇਲਾ, ਦਲਾਈ ਲਾਮਾ ਅਤੇ ਮਦਰ ਟੈਰੇਸਾ। ਇਹਨਾਂ ਵਿੱਚੋਂ ਜੇ ਆਪਾਂ ਗੱਲ ਕਰਦੇ ਹਾਂ ਮਹਾਤਮਾ ਗਾਂਧੀ ਜੀ ਨੂੰ ਤਾਂ ਅਵਾਰਡ ਹੀ ਨਹੀਂ ਮਿਲਿਆ ਇਹ ਵਾਲਾ, ਨਾ ਹੀ ਨੈਲਸਨ ਮੰਡੇਲਾ ਜੀ ਨੂੰ ਮਿਲਿਆ, ਮਦਰ ਟੈਰੇਸਾ ਨੂੰ ਜ਼ਰੂਰ ਮਿਲਿਆ, ਦਲਾਈ ਲਾਮਾ ਜੀ ਨੂੰ ਮਿਲਿਆ, ਲੇਕਿਨ ਦਲਾਈ ਲਾਮਾ ਜੀ ਨੂੰ ਹੀ ਆਪਾਂ ਸਪਿਰਿਟ ਦੇ ਨਾਲ ਜੋੜਦੇ ਹਾਂ। ਸੋ ਆਨਸਰ ਕੀ ਆਜੂਗਾ? ਗ੍ਰੇਟਨੈਸ ਆਫ ਸਪਿਰਿਟ, ਦਲਾਈ ਲਾਮਾ ਜੀ, ਜਿਹੜਾ ਕਿ 65th ਐਨਵਰਸਰੀ ਇਸ ਅਵਾਰਡ ਦੀ ਮਨਾਈ ਗਈ ਦਲਾਈ ਲਾਮਾ ਨੂੰ ਕਮੈਮੋਰੇਟ ਕਰਨ ਲਈ, ਗ੍ਰੇਟੈਸਟ ਆਫ ਸਪਿਰਿਟ, ਠੀਕ ਹੈ, ਗ੍ਰੇਟਨੈਸ ਆਫ ਸਪਿਰਿਟ। ਤਾਂ ਇਹ ਤੁਹਾਡੇ ਸਾਹਮਣੇ ਨੇ ਦਲਾਈ ਲਾਮਾ ਜੀ, ਜਿਹਨਾਂ ਦੀ ਪਿਕਚਰ ਆਪਾਂ ਥੰਬਨੇਲ 'ਚ ਦੇਖ ਚੁੱਕੇ ਹਾਂ, ਠੀਕ ਹੈ ਜੀ? ਨੈਕਸਟ ਆ ਗਿਆ, ਹੂ ਵਾਸ ਨੇਮਡ ਐਜ਼ ਦਾ ਫਸਟ ਇੰਡੀਅਨ ਐਂਬੈਸਡਰ ਆਫ ITTF ਫਾਊਂਡੇਸ਼ਨ ਡਿਊਰਿੰਗ ਦਾ ਅਲਟੀਮੇਟ ਟੇਬਲ ਟੈਨਿਸ ਸੀਜ਼ਨ 5। ਸੋ ਸਭ ਤੋਂ ਪਹਿਲਾਂ ਆਪਾਂ ਕਮਲ ਜੀ ਦੀ ਗੱਲ ਕੀਤੀ ਸੀ, ਸੋ ਉਹੀ ਨੇ ਜੀ ਪਹਿਲੇ ਇੰਡੀਅਨ ਐਂਬੈਸਡਰ ਜੋ ਕਿ ITTF ਯਾਨੀ ਕਿ ਇੰਟਰਨੈਸ਼ਨਲ ਟੇਬਲ ਟੈਨਿਸ ਫੈਡਰੇਸ਼ਨ, ਠੀਕ ਹੈ, ਇੰਟਰਨੈਸ਼ਨਲ ਟੇਬਲ ਟੈਨਿਸ ਫੈਡਰੇਸ਼ਨ ਦੀ ਨਾਂ ਗੱਲ ਹੋਈ ਹੈ ਤਾਂ ਹੈੱਡਕੁਆਟਰ ਦਾ ਆਨਸਰ ਤੁਸੀਂ ਕਮੈਂਟ ਸੈਕਸ਼ਨ 'ਚ ਦੱਸ ਦਿਓ ਕਿ ਹੈੱਡਕੁਆਟਰ ਜੀ ਇਹਦਾ ITTF ਦਾ ਕਿੱਥੇ ਆ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਅਲਟੀਮੇਟ ਟੇਬਲ ਟੈਨਿਸ ਸੀਜ਼ਨ ਜੋ ਕਿ 5 ਸੀਗਾ, ਇਹਦੇ ਵਿੱਚ ਪਹਿਲੇ ਨੰਬਰ 'ਤੇ ਜੇ ਆਪਾਂ ਗੱਲ ਕਰਦੇ ਹਾਂ ਪਹਿਲੇ ਇੰਡੀਅਨ ਅੰਬੈਸਡਰ ਕੌਣ ਬਣੇ ਨੇ ਜਿਨ੍ਹਾਂ ਦਾ ਨਾਮ ਆਇਆ, ਸੋ ਆਨਸਰ ਆਊਗਾ ਸ਼ਰਤ ਕਮਲ। ਆਨਸਰ ਆਜੂਗਾ ਸ਼ਰਤ ਕਮਲ, ਇਹ ਨੇ ਸ਼ਰਤ ਕਮਲ ਜੋ ਕਿ ਫਲੈਗ ਬੀਰਰ ਵੀ ਸੀਗੇ ਰੀਸੈਂਟਲੀ ਜੇ ਆਪਾਂ ਗੱਲ ਕਰਦੇ ਹਾਂ ਓਲੰਪਿਕਸ ਦੇ ਵਿੱਚ, ਠੀਕ ਹੈ? ਸੋ ਪੈਰਿਸ ਓਲੰਪਿਕਸ ਦੇ ਵਿੱਚ ਇਹ ਫਲੈਗ ਬੀਰਰ ਵੀ ਸੀਗੇ, ਠੀਕ ਹੈ? ਸੋ ਜਵਾਹਰ ਲਾਲ ਨਹਿਰੂ ਇੰਦੋਰ ਸਟੇਡੀਅਮ ਚੇਨਈ ਦੇ ਵਿੱਚ ਇਹ ਸੀਜ਼ਨ ਹੋਇਆ ਡਿਊਰਿੰਗ 11th ਜਿਹੜਾ ਇਹ ਅਲਟੀਮੇਟ ਟੇਬਲ ਟੈਨਿਸ ਸੀਜ਼ਨ ਸੀਗਾ 5th, ਠੀਕ ਹੈ ਜੀ? ਨੈਕਸਟ ਗੱਲ ਕਰਦੇ ਹਾਂ ਜੀ ਕੁਸ਼ਚਨ 'ਤੇ, ਵਿੱਚ ਫਾਈਨਟੈਕ, ਫਾਈਨਟੈਕ ਦਾ ਮਤਲਬ ਆਪਾਂ ਗੱਲ ਕਰ ਚੁੱਕੇ ਹਾਂ ਕਿ ਫਾਈਨੈਂਸ਼ੀਅਲ ਟੈਕਨੋਲੋਜੀ ਕੰਪਨੀ ਹੈ, ਕਿਹੜੀ ਕੰਪਨੀ ਹੈ ਜਿਹਨੇ ਮਿਲ ਕੇ ਕੋ ਬ੍ਰਾਂਡ ਕਰਕੇ ਕ੍ਰੈਡਿਟ ਕਾਰਡ ਇੱਕ ਬਣਾਇਆ ਜਿਹਦੇ ਵਿੱਚ ਰੁਪੇ ਅਤੇ ਯੈਸ ਬੈਂਕ ਨੂੰ ਨਾਲ ਜੋੜਿਆ ਅਤੇ ਲਾਂਚ ਕੀਤਾ ਗਿਆ ਇੱਕ ਮਲਟੀ ਬ੍ਰਾਂਡ ਕੋ ਬ੍ਰਾਂਡਡ ਕ੍ਰੈਡਿਟ ਕਾਰਡ। ਕਹਿਣ ਦਾ ਮਤਲਬ ਮਲਟੀ ਪਰਪਸ ਹੈ ਅਤੇ ਮਲਟੀ ਬ੍ਰਾਂਡ ਹੈ। ਸੋ ਫੋਨਪੇ ਨੇ, ਸੁਪਰਮਨੀ ਨੇ, ਪੌਪ ਨੇ ਜਾਂ ਫਿਰ ਐਮਾਜ਼ੋਨ ਪੇ ਨੇ? ਸੋ ਆਨਸਰ ਵਿਲ ਬੀ ਪੌਪ। ਸੋ ਪੌਪ ਇਹੋ ਜਿਹੀ ਕੰਪਨੀ ਹੈ ਜਿਹਨੇ ਯੈਸ ਬੈਂਕ ਨਾਲ ਕਲੱਬ ਕਰਕੇ ਅਤੇ ਰੁਪੇ ਕ੍ਰੈਡਿਟ ਕਾਰਡ ਨਾਲ ਕਲੱਬ ਕਰਕੇ ਇੱਕ ਕਾਰਡ ਬਣਾਇਆ ਜਿਹੜਾ ਕਿ ਜ਼ੋਮੈਟੋ 'ਚ ਚੱਲਿਆ ਕਰੂਗਾ, ਬਲਿੰਕਟ, ਕਲਟ, ਰੈਪਿਡੋ, ਕਲੈਡ ਟ੍ਰਿਪ, ਹੈ ਨਾ, ਫਾਰਮੇਸੀ ਟੂ ਐਡਰੈਸ ਦਾ ਜਿਹੜੀਆਂ ਡੇਲੀ ਏਰੀਆਜ਼ ਹੁੰਦੇ ਨੇ ਜਿਵੇਂ ਕਿ ਈ ਕਮਰਸ, ਗਰੋਸਰੀਜ਼ ਲੈਣੀਆਂ, ਫੂਡ, ਬੈਵਰੇਜਸ, ਟਰੈਵਲ, ਹੈਲਥ ਐਂਡ ਫਿਟਨੈਸ, ਇਹਦੇ ਵਿੱਚ ਉਹ ਯੋਗਦਾਨ ਜਿਹੜਾ ਹੈ ਉਹ ਆਪਣਾ ਪਾਊਗਾ। ਪੌਪ ਤੁਸੀਂ ਯਾਦ ਰੱਖਣਾ, ਫਾਈਨਟੈਕ ਕੰਪਨੀ, ਠੀਕ ਹੈ? ਵੇਅਰ ਇਜ਼ ਦਾ ਵਰਲਡਸ ਲਾਰਜੈਸਟ ਲੋ ਕਾਰਬਨ ਹਾਈਡਰੋਜਨ ਫੈਸਿਲਿਟੀ ਸੈੱਟ ਟੂ ਬਿਲਡ? ਹੁਣ ਦੇਖੋ ਇੱਕ ਸਿੰਪਲ ਜਿਹਾ ਕੁਸ਼ਚਨ, ਦੇਖੋ ਕੁਸ਼ਚਨ ਨਾ ਮੈਂ ਜ਼ਿਆਦਾਤਰ ਥੋੜ੍ਹੇ ਜਿਹੇ ਲੈਵਲ ਅੱਪ ਕਰਦਾ ਤਾਂ ਕਿ ਤੁਹਾਨੂੰ ਸਮਝਣ 'ਚ ਔਖਾ ਵੀ ਨਾ ਲੱਗੇ, ਲੇਕਿਨ ਕੁਸ਼ਚਨ ਵੀ ਬਹੁਤ ਇੰਪੋਰਟੈਂਟ ਡਿਸਕਸ ਹੋ ਜਾਏ, ਠੀਕ ਹੈ? ਸੋ ਦੇਖੋ ਕੁਸ਼ਚਨ ਕੀ ਹੈ, ਦੁਨੀਆ ਦੀ ਸਭ ਤੋਂ ਵੱਧ ਘੱਟ ਕਾਰਬਨ ਹਾਈਡਰੋਜਨ, ਦੇਖੋ ਘੱਟ ਕਾਰਬਨ ਹਾਈਡਰੋਜਨ ਦੀ ਗੱਲ ਕਿਵੇਂ ਕਰਦੇ ਹਾਂ। ਫੋਰ ਐਗਜ਼ਾਮਪਲ ਆਪਾਂ ਗੱਡੀ ਚਲਾ ਰਹੇ ਹਾਂ ਨਾ, ਆਪਾਂ ਗੱਡੀ ਚਲਾ ਰਹੇ ਹਾਂ ਜਾਂ ਬਾਈਕ ਚਲਾ ਰਹੇ ਹਾਂ, ਉਹਦੇ ਵਿੱਚ ਧੂੰਆਂ ਤਾਂ ਨਿਕਲਦਾ ਹੀ ਹੈ। ਸੋ ਜਿਹੜਾ ਧੂੰਆਂ ਨਿਕਲਦਾ ਉਹ ਧੂੰਆਂ ਕੀ ਕਰਦਾ, ਐਟਮੋਸਫੇਅਰ 'ਚ ਜਾਂਦਾ। ਸੋ ਜਦੋਂ ਇਹ ਵਾਤਾਵਰਨ 'ਚ ਜਾਂਦਾ ਤਾਂ ਉੱਥੇ ਬਹੁਤ ਸਾਰੀ ਕਾਰਬਨ ਕਰ ਦਿੰਦਾ, ਕੀ ਕਰ ਦਿੰਦਾ, ਕਾਰਬਨ ਕਰ ਦਿੰਦਾ, ਜੋ ਕਿ ਸਾਡੀ ਸਿਹਤ ਵਾਸਤੇ ਹਾਨੀਕਾਰਕ ਹੁੰਦੀ ਹੈ, ਠੀਕ ਹੈ? ਸੋ ਇਹਦੀ ਜਿਹੜੀ ਕਿਆ ਨਾਮ ਹੈ ਕਾਰਬਨ ਹੈ ਉਹਨੂੰ ਕੀ ਕੀਤਾ ਜਾਊਗਾ ਜੀ, ਉਹਨੂੰ ਘਟਾਇਆ ਜਾਊਗਾ, ਯਾਨੀ ਕਿ ਲੋਅ ਕਾਰਬਨ ਕੀਤਾ ਜਾਊਗਾ ਜੀ। ਇੱਕ ਮਿੰਟ ਦਾ ਸਮਾਂ ਮੈਨੂੰ ਦੇ ਦਈਏ। ਚਲੋ, ਹਾਂਜੀ,
ਤਾਂ ਲੋਅ ਕਾਰਬਨ ਹੋਊਗੀ ਅਤੇ ਹਾਈਡਰੋਜਨ ਵਧੂਗੀ ਉਹਦੇ ਵਿੱਚ, ਜਿਵੇਂ ਹਾਈਡਰੋਜਨ ਦੀ ਮਾਤਰਾ ਜ਼ਿਆਦਾ ਹੋਊਗੀ ਤਾਂ ਕਿ ਜਿਹੜਾ ਪੋਲਿਊਸ਼ਨ ਹੈ ਕਾਰਬਨ ਡਾਈਆਕਸਾਈਡ ਹੈ ਬੇਸਿਕਲੀ ਉਹਨੂੰ ਘਟਾਇਆ ਜਾਵੇ। ਤਾਂ ਇਹ USA ਦੇ ਵਿੱਚ ਟੈਕਸਾਸ ਦੇ ਵਿੱਚ ਇਹ ਲਾਂਚ ਕੀਤਾ ਗਿਆ, ਇਹ ਬਿਲਟ ਹੋਊਗਾ, ਠੀਕ ਹੈ, ਉੱਥੇ ਸੈੱਟ ਕੀਤਾ ਗਿਆ। ਸੋ ਇਹ ਟੈਕਸਾਸ USA ਬਿਲਕੁਲ ਸਹੀ ਉੱਤਰ ਹੋ ਜੂਗਾ, ਕਿਉਂਕਿ ਇੱਥੇ ਜਿਹੜੀ 98% ਤੱਕ ਦੀ ਕਾਰਬਨ ਡਾਈਆਕਸਾਈਡ ਐਮਿਸ਼ਨਸ ਨੇ ਜਿਹੜੀਆਂ ਉਹਨਾਂ ਨੂੰ ਘਟਾਇਆ ਜਾਊਗਾ, ਠੀਕ ਹੈ, ਰਿਮੂਵ ਕੀਤਾ ਜਾਊਗਾ। ਇਹਦੇ ਵਿੱਚ ਐਗਜ਼ੋਨ ਮੋਬਿਲ ਅਤੇ ਜਿਹੜੀ ADNOC ADNOC ਮਤਲਬ ਕਿ ਆਬੂ ਧਾਬੀ ਨੈਸ਼ਨਲ ਆਇਲ ਕੰਪਨੀ ਅਤੇ ਐਗਜ਼ੋਨ ਬਿਲ ਜਿਹੜੀ ਮੋਬਾਈਲ ਕੰਪਨੀ ਮੋਬਿਲ ਹੈ, ਇਹ ਦੋਨੋਂ ਕੰਪਨੀਆਂ ਮਿਲ ਕੇ ਕੀ ਕਰਨਗੀਆਂ ਜੀ, ਇਹ ਚੀਜ਼ USA ਟੈਕਸਾਸ ਦੇ ਵਿੱਚ ਲਾਂਚ ਕਰਨਗੀਆਂ ਜਾਂ ਬਿਲਟ ਕਰਨਗੀਆਂ, ਠੀਕ ਹੈ, ਕਾਰਬਨ ਲੋ ਕਾਰਬਨ ਹਾਈਡਰੋਜਨ। ਠੀਕ ਹੈ, ਲਾਸਟ ਦੇ ਉੱਤੇ ਆ ਗਿਆ ਕੁਸ਼ਚਨ ਆਫ ਦ ਡੇ। ਸੋ ਬਾਂਦੀਪੁਰ ਟਾਈਗਰ ਰਿਜ਼ਰਵ ਆ ਜਿਹੜਾ ਉਹ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ, ਇਜ਼ ਲੋਕੇਟਡ ਇਨ ਵਿੱਚ ਸਟੇਟ। ਸੋ ਕਿਹੜੀ ਸਟੇਟ ਦੇ ਵਿੱਚ ਲੋਕੇਟਡ ਆ ਜੀ ਬਾਂਦੀਪੁਰ ਟਾਈਗਰ ਰਿਜ਼ਰਵ? ਦੇਖੋ, ਬਾਂਦੀਪੁਰ ਟਾਈਗਰ ਰਿਜ਼ਰਵ ਦੇ ਵਿੱਚ ਨਾ ਇੱਕ ਰੈਸਕਿਊ ਕੀਤਾ ਗਿਆ ਸੀ ਇੱਕ ਐਲੀਫੈਂਟ ਦਾ ਪਿੱਛੇ ਜੀ, ਸੋ ਉਹ ਨਿਊਜ਼ ਦੇ ਵਿੱਚ ਸੀਗਾ। ਸੋ ਬਾਂਦੀਪੁਰ ਟਾਈਗਰ ਰਿਜ਼ਰਵ ਆ, ਸਿੰਪਲ ਜੀ ਪੁੱਛ ਲਿਆ ਵੀ ਭਾਈ ਹੈ ਕਿੱਥੇ, ਕਿਹੜੀ ਸਟੇਟ ਦੇ ਵਿੱਚ ਹੈ? ਤੁਸੀਂ ਸਾਰਿਆਂ ਨੇ ਇਹਦਾ ਆਂਸਰ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਇਹਦੇ ਵਿੱਚੋਂ ਪਹਿਲਾਂ ਜਿਹੜੇ ਮੈਂ 4-5 ਕੁਸ਼ਚਨ ਵੀ ਪੁੱਛੇ ਨੇ ਉਹ ਵੀ ਇਕੱਠੇ ਕੋਲੈਬ ਕਰਕੇ ਇੱਕ ਜਗ੍ਹਾ ਰੱਖ ਕੇ ਆਪਣੇ ਆਂਸਰ ਦੱਸਿਆ ਕਰੋ, ਅਤੇ ਬੈਸਟ ਆਂਸਰ ਮੈਂ ਤੁਹਾਨੂੰ ਕੱਲ੍ਹ ਤੋਂ ਜ਼ਰੂਰ ਦੱਸੂੰਗਾ। ਸੋ ਥੈਂਕ ਯੂ ਸੋ ਮੱਚ, ਜਿਹੜੇ ਵੀ ਬੱਚੇ ਇਸ ਵੀਡੀਓ ਨੂੰ ਦੇਖਿਆ ਬਹੁਤ ਪਸੰਦ ਕੀਤਾ, ਲਾਈਕ ਕਰਤਾ, ਅਤੇ ਜਿਹੜੇ ਬੱਚੇ ਪਹਿਲੀ ਵਾਰੀ ਆ ਕੇ ਚੈਨਲ 'ਤੇ ਸਬਸਕ੍ਰਾਈਬ ਵੀ ਕਰਤਾ, ਬਹੁਤ ਬਹੁਤ ਧੰਨਵਾਦ ਗੁਰੂ ਜੀ, ਧੰਨਵਾਦ ਜੀ, ਥੈਂਕ ਯੂ ਸੋ ਮੱਚ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਨਾਲ ਦੀ ਨਾਲ ਪਾਠਸ਼ਾਲਾ ਦੇ ਇੰਸਟਾਗ੍ਰਾਮ ਚੈਨਲ ਅਤੇ ਟੈਲੀਗ੍ਰਾਮ ਚੈਨਲ ਦਾ ਜਿਹੜਾ ਲਿੰਕ ਹੈ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤੁਸੀਂ ਉੱਥੇ ਜਾ ਕੇ ਸਾਨੂੰ ਫੋਲੋ ਕਰ ਸਕਦੇ ਹੋ। ਥੈਂਕ ਯੂ ਸੋ ਮੱਚ ਗਾਇਜ਼, ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓਜ਼, ਬਾਏ ਬਾਏ, ਟੇਕ ਕੇਅਰ, ਜਿਉਂਦੇ ਵੱਸਦੇ ਰਹੋ।